ਇਬਰਾਹੀਮ ਅਸਲਾਮ ਅਲੈਕੁਮ ਵੇਖਦੇ ਹੋ ਤੁਸੀਂ ਆਪਣਾ ਕਰਨਾਲਾ ਚੱਲ ਤੇ ਮੈਂ ਤੁਹਾਡਾ ਮਿਹਰਬਾਨ ਆਜੀ ਅਖਬਾਰ ਭਰਾਵਾ ਵਾਸਤੇ ਰੋਜ਼ਾਨਾ ਦੀ ਨਵੀਂ ਦੀ ਨਵੀਂ ਵੀਡੀਓ ਲੈ ਕੇ ਆਵੀ ਨੇ ਇਨਸ਼ਾਅੱਲਾ ਮੇਰੀ ਕਰਦਾ ਕਿ ਵੀਡੀਓ ਤੁਹਾਡੇ ਪਸੰਦ ਆਉਂਦੀ ਹੈ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਣਾ ਤਾਂ ਕਿ ਸਾਡੀ ਨਵੀਂ ਵੀਡੀਓ ਜਿਹੜੀ ਹੈ ਤੁਹਾਡੇ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਇਸ ਤਰ੍ਹਾਂ ਜਿਹੜੀ ਮੈਂ ਨਾਮ ਲਗਾ ਸਿਲਸਿਲੇਵਾਰ ਵੀਡੀਓ ਇਸ ਸੰਵਾਦ ਦੀ ਤਾਰੀਖ ਅੱਜ ਬਣਦੀ ਹੈ 10 10 ਤਾਰੀਖ ਬਰੋਜ਼ ਸੰਵਾਦ ਸਤਵਾਂ ਮਹੀਨਾ 2023 ਦਾ ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਦਿੱਤਿਆ ਰਜੇਚੀਆਂ ਇਤਸ਼ਾਮ ਗੁਜਰ ਦੀ ਵੀਡੀਓ ਹੈ ਮੱਝਾਂ ਨੇ 10 ਇੱਕ ਵਿਕੀ ਹੈ ਤੇ 9 ਵਜੇ ਦੇ ਇਹਨਾਂ ਦਾ ਰੇਟ ਲਾਣਾ ਹੈ ਬਾਕੀ ਸਾਰਿਆਂ ਭਰਾਵਾਂ ਦੀ ਮਿਹਰਬਾਨੀ ਮੁਹੱਬਤ ਦਾ ਸ਼ੁਕਰੀਆ ਜਿੱਥੇ ਜਿੱਥੇ ਭਰਾ ਵੀਡੀਓ ਵੇਖਦੇ ਹੋ ਕਮੈਂਟਸ ਵੀ ਕਰਦੇ ਹੋ ਲਾਈਕ ਵੀ ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ ਇਮਾਨ ਇਸ ਰੱਖੇ ਤੇ ਸਿਹਤ ਦੇ ਤੰਦਰੁਸਤੀ ਦੇ ਇਮਾਨ ਵਾਲੀ ਔਰ ਸਿਹਤਦਾਰੀ ਲੰਮੀ ਜ਼ਿੰਦਗੀ ਅੱਲਾਹ ਤਾਲਾ ਤੁਹਾਨੂੰ ਅਤਾ ਕਰੇ ਰਹਿੰਦੀ ਦੁਨੀਆ ਤੱਕ ਜੀਓ ਭਾਈ ਮੁਹੰਮਦ ਆਰਫ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਵਜ਼ੀਰਾਬਾਦ ਪਿੰਡ ਦਰੌਕਲ ਆਲਮਕੀਮ ਇਟਲੀ ਉਹਨਾਂ ਕਿਹਾ ਜੀ ਇਤਸ਼ਾਮ ਗੁਜਰ ਨੂੰ ਤੇ ਉਹਦਿਆਂ ਬਜ਼ੁਰਗਾਂ ਨੂੰ ਮੇਰੀ ਤਰਫੋਂ ਸਲਾਮ ਵੀ ਕਹਿਣਾ ਤੇ ਮੁਬਾਰਕ ਵੀ ਪਿਛਲੀ ਵੀਡੀਓ ਵਿੱਚ ਵੀ ਉਹਨਾਂ ਨੇ ਕਿਹਾ ਮੈਨੂੰ ਯਾਦ ਨਹੀਂ ਰਿਹਾ ਲੋ ਜੀ ਭਾਈ ਆਰਫ ਤੁਹਾਡਾ ਪੇਗਾਮ ਤੇ ਸਲਾਮ ਪਹੁੰਚ ਗਿਆ ਬਾਕੀ ਮਾਧਰਮ ਭਾਈ ਪਿਛਲੀ ਵੀਡੀਓ 'ਚ ਤੁਹਾਡਾ ਨਾਂ ਨਹੀਂ ਲੈ ਸਕਿਆ ਅੱਲਾਹ ਪਾਕ ਸਾਰਿਆਂ ਭਰਾਵਾਂ ਨੂੰ ਖੁਸ਼ ਰੱਖੇ ਜਿੱਥੇ ਜਿੱਥੇ ਭਰਾ ਵੀਡੀਓ ਵੇਖਦੇ ਹੋ ਕਮੈਂਟਸ ਵੀ ਕਰਦੇ ਹੋ ਲਾਈਕ ਵੀ ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ ਤੇ ਸਿਹਤ ਦੇ ਤੰਦਰੁਸਤੀ ਦੇ ਭਾਈ ਜ਼ਫਰ ਜਮਸ਼ੇਦ ਵੜੈਚ ਉਹਨਾਂ ਮੈਂ ਸਿਰਫ ਇਹ ਧਿਆਨ ਦੇਈ ਕਰਾਈ ਹੈ ਕਿ ਹਾਜੀ ਸਾਹਿਬ ਸਾਡੇ ਨਾਲ ਜਿਹੜੀ ਹੈ ਨਾ ਨਸਾਫੀ ਹੋ ਰਹੀ ਹੈ ਕਿਉਂ ਕਿ ਕਰਨਾਣੇ ਚੈਨਲ ਦੇ ਉੱਤੇ ਜਿਹੜੀ ਵੀ ਵੀਡੀਓ ਲੱਗਦੀ ਹੈ ਸਭ ਤੋਂ ਪਹਿਲਾਂ ਮੇਰਾ ਕਮੈਂਟਸ ਹੁੰਦਾ ਹੈ ਤੇ ਸਾਡਾ ਕਦੇ ਵੀ ਜ਼ਿਕਰ ਨਹੀਂ ਕੀਤਾ ਲੋ ਜੀ ਵੜੈਚ ਸਾਹਿਬ ਅੱਜ ਵੱਡੀ ਵੀਡੀਓ ਵਿੱਚ ਤੁਹਾਡਾ ਜ਼ਿਕਰ ਕੀਤਾ ਜਿਹੜੀ ਵੀਡੀਓ ਸਭ ਤੋਂ ਜ਼ਿਆਦਾ ਚੱਲਦੀ ਤੇ ਫਿਰ ਭਰਾ ਅਜੇ ਵੀ ਨਾ ਤੁਸੀਂ ਖੁਸ਼ ਹੋਵੋ ਤੇ ਮਿਹਰਬਾਨੀ ਤੁਹਾਡੀ ਮੁਹੱਬਤ ਦੇ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਸਿਹਤ ਦੇ ਦੇ ਤੰਦਰੁਸਤੀ ਦੇ ਦੇ ਜਿਹੜੇ ਭਰਾ ਮੁਹੱਬਤ ਕਰਦੇ ਹੋ ਇਹ ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ ਸਿਹਤ ਦੇ ਤੰਦਰੁਸਤੀ ਦੇ ਦੇ ਲੋ ਜੀ ਜਾਨਵਰ ਨੇ 9 ਜਿਨ੍ਹਾਂ ਦਾ ਲੱਗਣਾ ਰੇਟ ਇੱਕ ਜਾਨਵਰ ਵਿਕੇ ਹੈ ਤੱਸੇ ਮੱਝਾਂ ਵਹਾ ਸਹਿੰਦੀਆਂ ਵਿਕੀ ਵੀ ਵਹਾਵਾਂ ਦੇ ਜਿੱਥੇ ਜਾਣਾ ਹੈ ਮਾਝ ਦੇ ਦੋ ਵੀਡੀਓ 'ਚ ਮਾਝ ਚੱਲੀ ਆਈ ਹੈ ਵੀ ਮਾਝ ਸੂਈ ਨਹੀਂ ਬਹਰਾਂ ਮਾਝ ਤੁਸੀਂ ਵੇਖ ਲੈਣੀ ਹੈ ਸਾਹਮਣੇ ਆ ਜਾਏਗੀ ਔਰ ਜਿਹੜੇ ਭਰਾ ਨੇ ਖਰੀਦੀ ਉਹ ਵੀ ਮਾਝ ਜਿਹੜੀ ਹੈ ਨਾ ਇਨਸ਼ਾਅੱਲਾ ਮਤਲਬ ਉਹਦੇ ਕੋਈ ਸ਼ਾਮ ਕੋਈ ਪੁੱਛ ਲਾਂਗੇ ਕਿ ਜਿਹੜੀ ਮਾਝ ਵਿਕੀ ਉਹ ਕਿੱਥੇ ਜਾਣੀ ਹੈ ਬਾਕੀ ਕੋਟਲੀ ਜ਼ਾਦ ਕਸ਼ਮੀਰ ਚੌਧਰੀ ਮਹਿਬੂਬ ਤੇ ਚੌਧਰੀ ਗਫਾਰ ਉਹਨਾਂ ਨੇ ਮਾਝ ਜਨਾਬ ਖੜੀ ਹੈ ਸ਼ਾਮ ਕੋਲੋਂ ਮੇਰੇ ਆਉਣ ਦੀ ਪਹਿਲਾਂ ਉਹਨਾਂ ਨਾਲ ਮੁਲਾਕਾਤ ਹੋਈ ਹੈ ਵੀਡੀਓ ਦੀ ਬਣਾਉਣ ਦੀ ਪਹਿਲਾਂ ਨਿਕਲ ਗਏ ਮੁਲਾਕਾਤ ਮੇਰੀ ਹੋਈ ਹੈ ਉਹਨਾਂ ਕਿਹਾ ਜੀ ਸਾਡਾ ਨਾਂ ਸਿਰਫ ਅੱਜ ਕੀ ਲੈ ਸੜੀਓ ਕੋਟਲੀ ਜ਼ਾਦ ਕਸ਼ਮੀਰ ਚੌਧਰੀ ਮਹਿਬੂਬ ਤੇ ਚੌਧਰੀ ਗਫਾਰ ਲੋ ਜੀ ਮਿਹਰਬਾਨੀ ਤੁਹਾਡੀ ਭਰਾ ਬਹੁਤ ਸ਼ੁਕਰੀਆ ਜੀ ਗੁਜਰ ਸਾਹਿਬ ਵੀਡੀਓ ਸ਼ੁਰੂ ਕਰੀਏ ਜਾਨਵਰ ਵਹਾ ਜੀ ਭਰਾਵਾਂ ਨੂੰ ਰੇਟ ਸੁਣਦੇ ਆ ਨਾਲ ਜਾਨਵਰ ਕਹਿੰਦੇ ਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਆਈ ਸਾਹਿਬ ਕੀ ਹਾਂ ਜੀ ਗੁਜਰ ਸਾਹਿਬ ਕੀ ਹਾਲ ਹੈ ਅੱਲਾ ਦੇ ਕਰਮ ਆਈ ਸਾਹਿਬ ਠੀਕ ਹੋ ਸ਼ੁਕਰ ਮਾਸ਼ਾਅੱਲਾ ਕਿੰਨੇ ਜਾਨਵਰ ਆ ਜਾਂਦੇ ਜੀ ਆਈ ਸਾਹਿਬ 11 ਪਾਹੇ ਦੇ ਟੋਟਲ ਅੱਛਾ ਇੱਕ ਕੋਟਲੀ ਵਾਲੇ ਲੈ ਗਏ ਜੀ ਇੱਕ ਮਾਜੋ ਵਿਕੀ ਬਚੀ ਠੀਕ ਹੈ ਬਤਾਇਆ ਨੂੰ ਇੱਥੇ ਨੌ ਬਹਾਣੀ ਨੇ ਰਤੀ ਮਾਜ ਦੂਜਾ ਸੂਆ ਲਾਇਆ ਸੀ ਜਾਂ ਦੂਸਰਾ ਸੂਆ ਆਈ ਸਾਹਿਬ ਦੂਸਰਾ ਲਾਇਆ ਮਾਸ਼ਾਅੱਲਾ ਜੀ ਮਾਜ ਵੇਖਣੀ ਹੈ ਜੀ ਪਾਣੀ ਵੀ ਐਨ ਪਈ ਹੈ ਠੀਕ ਹੈ ਕੋਈ ਮਸਲਾ ਲਿਆਓ ਜੀ ਮੱਝਾਂ ਦੂਜੀਆਂ ਵਹਾਓ ਸ਼ੁਰੂ ਕਰੋ ਲੋ ਜੀ ਮਾਜ ਨੰਬਰ 1 ਲਿਆਓ ਮਾਜ ਨੰਬਰ 1 ਕੀ ਸੂਆ ਗੁਜਰਾ ਮਾਜ ਦਾ ਭਾਈ ਸਾਹਿਬ ਝੋਕੀ ਨੇ ਸੂਆ ਲਾਇਆ ਜਾਂ ਦੂਜਾ ਮਗਰ ਕੱਟੀ ਤੋਂ ਆਏ 13 14 ਦਿਨ ਹੋ ਗਏ ਸੂਈ ਨੂੰ ਮੈਲ ਟੋਲ ਲੋ ਜੀ ਸੂਆ ਲਾਇਆ ਦੂਜਾ 13 14 ਦਿਨ ਹੋ ਗਏ ਨੇ ਸੂਈ ਨੂੰ ਮੈਲ ਟੋਲਦੀ ਹੈ ਵੀ ਦੁੱਧ ਕਿੰਨਾ ਕੋਈ ਸੂ ਭਾਈ ਸਾਹਿਬ ਇੱਕ ਸਣ ਕੱਟੀ ਨੂੰ ਦੇ ਕੇ 11 ਕਿਲੋ ਪੱਕਾ ਦੁੱਧ ਹੋ ਰਿਹਾ ਜੀ 11 ਕਿਲੋ ਕੀ ਵੀ ਮਰਜ਼ੀ ਹੈ ਆਪਣੇ ਘਰ ਖੜ ਕੇ 11 ਕਿਲੋ ਸਾਰੀ ਦਾ ਨਹੀਂ ਇੱਕ ਸਣ ਕੱਟੀ ਨੂੰ ਦੇ ਕੇ ਤਿੰਨਾਂ ਥਣਾ ਦਾ ਤਿੰਨਾਂ ਥਣਾ ਦਾ ਭਾਈ ਸਾਹਿਬ ਠੀਕ ਹੈ ਅੱਲਾਹ ਦੇ ਕੋਲੋਂ ਭਾਈ ਸਾਹਿਬ ਚੁਆਈ ਕਸਮਾ ਦੀ ਸੋਹਣੀ ਹੈ ਠੀਕ ਹੈ ਤੇ ਬਕਾਇਆ ਨਸਲਜ਼ਾਦ ਭਰਾਵਾਂ ਦੇ ਸਾਹਮਣੇ ਅੱਛਾ ਤੇ ਸੋਹਣੀ ਜੀ ਗੱਲ ਸੁਣਾ ਦੇ ਕੋਈ ਯਾਰ ਭਾਈ ਸਾਹਿਬ ਜਿਹੜੇ ਭਰਾ ਨੂੰ ਪਸੰਦ ਆਈ ਇੱਕੋ ਇੱਕੋ ਪਿਆਰ ਮੁਹੱਬਤ ਕਰਕੇ ਲੰਮਾ ਮੋਲਕ ਇੱਕੋ 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 3,55,000 ਦੀ ਦੇ 3,55,000 ਦਾ ਠੀਕ ਹੈ ਗੱਲ ਇੱਕੋ ਹੀ ਹੋਣੀ ਚਾਹੀਦੀ ਹੈ ਬਾਹਰ ਦਾ ਗੱਲ ਕਰਨੇ ਦਾ ਫਾਇਦਾ ਹੀ ਕੋਈ ਨਹੀਂ ਆ ਤੁਸੀਂ ਮਾਜੇ ਨੰਬਰ 2 ਆਏ ਤੁਸੀਂ ਆ ਮਾਜੇ ਜੁਸਾ ਮਾਜੇ ਦਾ ਵੇਖੋ ਕੀ ਵੇਖ ਐਕ
ਮੇਰੇ ਵਾਲੀ ਸੱਜੀ ਵੱਕੀ ਸੀ ਬਿਲਕੁਲ ਨਿੱਕੀ ਪਰਲੀ ਤੋਂ ਨਿੱਕੀ ਸੀ ਭਾਈ ਸਾਹਿਬ ਹਾਂ ਜੀ ਇਹ ਇਮਾਜ ਜਿਹੜੀ ਅੱਗੇ ਮੈਂ ਤੁਹਾਨੂੰ ਗੱਲ ਪਿਆ ਸੁਣਾਉਂਦਾ ਵਾ ਜਿਹੜਾ ਲੈ ਗਿਆ ਇਨਸ਼ਾਅੱਲਾ ਤਾਲਾ ਯਾਦ ਕਰੇਗਾ ਮਾਜ ਅਸੂ ਗੂਠ ਗੂਠ ਭਾਈ ਸਾਹਿਬ ਗੂਠ ਗੂਠ ਚਵਾਈ ਜੀ ਤੇ ਪੱਕਾ ਡੱਬੇ ਨਾਲ ਮੈਨੇ 17 ਕਿਲੋ ਦੁੱਧ ਅਸੀਂ 15 ਦੀ ਗਰੰਟੀ ਹੈ ਮਗਰ ਕੱਟਾ ਸੂ ਪਿੱਛੇ ਕੱਟਾ ਸੂ ਆ ਜਾ ਕੱਦ ਦੀ ਸੂਈ ਹੈ 8 ਦਿਨ ਹੋ ਗਏ ਨੇ ਸੂਈ 8 ਦਿਨਾਂ ਦੀ ਭਾਈ ਸਾਹਿਬ ਦੁੱਧ ਬਣ ਗਿਆ ਦੁੱਧ ਬਣ ਗਿਆ ਦੁੱਧ ਮਾਜ ਸਾਹਿਬ 17 ਸੇ ਅੱਛਾ 15 ਕਿਲੋ ਦੀ ਗਰੰਟੀ ਦੇ 15 ਕਿਲੋ ਤੇ ਹੱਥਾਂ ਦਾ ਤੇ ਹੱਥਾਂ ਦਾ ਭਾਈ ਸਾਹਿਬ ਕਿੰਨੀ ਮਰਜ਼ੀ ਹੈ ਸਾਡਾ ਲਾਣ ਹੈ ਸਾਡੇ ਘਰ ਆ 7 ਕਿਲੋ ਟੈਮੇ ਦਾ ਭਾਈ ਸਾਹਿਬ 7.5 ਤੋਂ 8 ਕਿਲੋ ਵਧਾ ਸੀ ਤੁਸੀਂ 7 ਹੀ ਦਾ ਯਾਰ ਰਾਜ਼ੀਆਂ ਤੇਰੇ ਤੇ ਜਵਾਨਾ ਲੋ ਜੀ 7 ਕਿਲੋ ਟੈਮ ਦਾ ਦੁੱਧ ਤੇ ਜਨਾਬ ਮਗਰ ਮਾਜ ਦੇ ਕੱਟਾ ਅੱਠਾਂ ਕਿੱਦਾਂ ਦੀ ਸੂਈ ਹੈ ਮਾਜ ਸਵਾ ਤੇ ਤੇਜਾ ਸਾਵੇ ਹਾਏ 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 ਇਨਸ਼ਾਅੱਲਾ ਹਾਂ ਜੀ ਭਾਈ ਸਾਹਿਬ ਜਿਹੜੇ ਭਰਾ ਪਸੰਦ ਆਈ ਗੱਲਾਂ ਪੱਕੀਆਂ ਹੀ ਨੇ ਜੀ ਮੋਲ ਨਾ 4.5 ਹੈ ਨਾ 4.5 ਹੈ ਜਿਹੜੇ ਭਰਾ ਪਸੰਦ ਆਈ 3.95 ਦੀ ਆ ਰਹੀ ਹੈ ਨਾ ਵਿੱਚ ਭਾਈ 5.84 3.95 ਹੋਰ ਮਾਜ ਨੰਬਰ 3 ਬੋਲੀ ਸਤਮਾ ਮਹੀਨਾ ਜੇ 23 ਤਰੀਕ ਜੇ 2000 ਆਪਣਾ ਸਤਮਾ ਮਹੀਨਾ 10 ਤਰੀਕ 2023 ਆਈ ਕੇ ਆਈ ਸਾਹਿਬ ਲੈ ਰਹੇ ਨੇ ਮੁਕੰਦਰ ਨੇ ਇਨਸ਼ਾਅੱਲਾ ਤਾਲਾ ਭਰਾਵਾਂ ਦਾ ਦਿਲ ਖੁਸ਼ ਹੋਵੇ ਤਾਂ ਮਜਾਵੇ ਠੀਕ ਹੈ ਲੋ ਜੀ ਮਾਜ ਨੰਬਰ ਅਗੇ ਆ ਗਈ 3 ਹਾਂ ਜੀ ਆਈ ਸਾਹਿਬ ਸੂਆ ਨਾਲ ਆਇਆ ਜੇ ਦੂਜਾ ਠੀਕ ਹੈ ਠੀਕ ਹੈ ਪਰ ਆਈ ਸਾਹਿਬ ਅੱਲਾ ਦੇ ਹੁਕਮ ਨਾਲ ਕਿਰੇ ਘੱਟ ਸੋਹਣੀ ਹੋਵੇ ਜੀ ਐਡੀ ਮਾਜ ਸੋਹਣੀ ਨਹੀਂ ਆਉਂਦੀ ਇਹ ਕੱਢ ਕੇ ਮਾਸ਼ਾਅੱਲਾ ਆਈ ਸਾਹਿਬ ਇਹ ਖਾਣ ਦੇ ਖਾਣਾ ਦਾ ਸੋਹਣਾ ਸਵਾਦ ਤਰੋਂ ਦਿਨਾਂ ਦੀ ਮਾਜ ਠੀਕ ਹੈ ਸਵਾਦ ਆਇਆ ਨਾ ਮਾਜ ਦਾ ਕਮਾਲ ਹੀ ਕਰੀ ਆਉਂਦੇ ਧੁੰਨੀ ਕੋਲੀ ਆਈ ਸਾਹਿਬ ਵੇਣੀ ਮੋਬਾਈਲ ਦੀ ਸਲੀ ਨਾ ਭਰਾਵਾ ਸੀ ਜੈਨੀ ਅੱਖਾਂ ਵੇਖਣੀਆਂ ਨੇ ਕੁਛ ਨਹੀਂ ਵੇਖਣੀ ਯਾਰ ਆਦੀਆਂ ਤੇਰੇ ਤੇ ਅੱਗੂ ਫਿਰ ਲੈਣੇ ਦੇਣੇ ਤੇ ਆਈ ਸਾਹਿਬ ਬਹੁਤ ਹੀ ਹੁੰਦਾ ਬਣ ਕੇ ਆਉਣਾ ਤੇ ਹਫਤੇ ਵਿੱਚ ਦੋ ਵਾਰੀ ਆ ਅਲਹਮਦੁਲਿਲਾ ਆਈ ਸਾਹਿਬ ਅੱਲਾ ਪਾਕ ਦੀ ਕਰਮ ਨਵਾਜ਼ੀ ਹੈ ਜਾ ਅੱਲਾ ਪਾਕ ਕਰਮ ਕਰੇ ਜੀ ਰਹਿਣੀ ਦੁਨੀਆ ਦਾ ਕੋਈ ਕੋਲ ਤਰੋਂ ਦਿਨਾਂ ਦੀ ਛੋਟੀ ਸੂਈ ਕੋਲ ਨਾ ਜੀ 13 ਕਿਲੋ ਬੋਲੇ ਵੀ ਦੁੱਧ ਵਧਾ ਇੱਥੇ ਆ ਕੇ ਸਾਡੇ ਘਰ ਚੋ ਕੇ ਬੋਲਾ ਬਣਾ ਕੇ ਤਾਂ ਖੜਨੀ ਜੀ ਹੁੰਦਾ ਰੋ ਯਾਤੀ ਹੋਵੇ ਤੇਰੀ ਵਾਈ ਜਵਾਨਾ ਮਾਈ ਦੇ ਮਗਰ ਕੀ ਕੱਟਾ ਆਈ ਸਾਹਿਬ ਪਿੱਛੇ ਕੱਟਾ ਬਾਲ ਪੂਰੀ ਐਂ ਬੈਕ ਨਾ ਰਾਜ ਰਾਜ ਕੇ ਵੇਖਣ ਵਾਲੀ ਹੈ ਜਿੰਨੀ ਪੇ ਵੇਖੀ ਜੀ ਬੰਦਾ ਰਜਦਾ ਨਹੀਂ ਇਹਨੂੰ ਵੇਖ ਕਿੰਨੀਆਂ ਸੂਈਆਂ ਨੇ ਅੱਜ ਮਜਾ 4-5 6-7 ਸੂਈਆਂ ਲਿਆਓ ਜੀ ਮਾਈ ਦਾ ਮੁੱਲ ਸੁਣਾਓ ਜੀ ਮਾਈ ਨੰਬਰ 3 ਆਈ ਸਾਹਿਬ ਮਾਈ ਸਾਡੀ ਹੈ 5.5 ਲੱਖ ਜੀ ਲੇਕਿਨ ਗੱਲ ਕਿ ਜਾਨੀ ਨਹੀਂ ਕਰਦੀ ਜਿਹੜੇ ਭਰਾ ਸੰਦ 4,40,000 ਮਾਈ 4-40 ਮਾਈ 4-40 ਆਈ ਸਾਹਿਬ ਮਾਈ ਵੀ ਦੇ ਰਹੇ ਨੇ ਰੇਟ ਵੀ ਸੁਣ ਲੈਣੇ ਨੇ ਨਸਲ ਵਾਲੀ ਦੀ ਮਾਈ ਲੈ ਕੇ ਲਿਆਓ ਜੀ ਮੀਡੀ ਆਓ ਮਾਈ ਨੰਬਰ 4 ਲਿਆ ਮੀਡੀ ਮੀਡੀ ਆ ਮੀਡੀ ਆਈ ਸਾਹਿਬ ਬਾਕੀ ਸੂਈ ਨੇ ਅੱਛਾ ਬੋਲੀ ਬੋਲੀ ਬਿਲਕੁਲ ਕਲੀਅਰ ਹੋ ਕਰੀ ਜੇ ਅਲਹਮਦੁਲਿਲਾ ਆਈ ਸਾਹਿਬ ਕੱਟੀ ਪਿੱਛੇ ਜੇ ਜੇਰ ਮੁਕੰਮਲ ਹੈ ਜੇਰ ਮੁਕੰਮਲ ਆਈ ਸਾਹਿਬ ਮਾਈ ਦੀਆਂ ਹੱਡੀਆਂ ਵੇਖਣੀਆਂ ਨੇ ਮਾਈ ਦੀਆਂ ਕੱਚੀ ਮਾਜ ਹੋਈ ਹੈ ਜੀ ਮਾਰਾ ਤੇ ਭਾਈ ਮਾਜ ਦਾ ਗੁੱਸਾ ਹੀ ਦੱਸਦਾ ਪਿਆ ਪੂਰੀ ਆਈ ਸਾਹਿਬ ਭਗਵਾਨ ਸਾਜੇ ਦਾ ਜੀ ਸਰ ਜੀ ਆ ਕੀ ਹੋਵੇ ਤੁਹਾਨੂੰ ਆਈ ਦੂਆ ਦੂਜਾ ਆਇਆ ਸੀ ਆਈ ਸਾਹਿਬ ਦੂਜਾ ਸੁਬਾ ਪੱਕਾ ਆਇਆ ਸੀ ਅੱਛਾ ਰਾਮ 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 ਉਤਰਾ ਪੂਲਾ ਬਲ ਹੈ ਲੋ ਜੀ ਮਾਜ ਨੰਬਰ 4 ਜੀ ਮੀਣੀ ਮੀਣੀ ਹਾਂ ਜੀ ਜਵਾਨ ਆਈ ਸਾਹਿਬ ਮਾਜ ਮਾਜ ਮੇਰੀ ਹੈ 5.5 ਦੀ ਠੀਕ ਹੈ ਲੇਕਿਨ ਗੱਲ ਬਿਆਨੀ ਨਹੀਂ ਕਰਨੀ ਗੱਲ ਪੱਕੀ ਕਰਾਂਗੇ ਜਿਹੜੇ ਭਰਾ ਨੂੰ ਮਾਰਨ ਦੇ ਸਮੂਹ ਤੇ ਖਾਂਦੀ ਇਨਸਾਨ ਦੇ ਚੌਧਰੀ ਇੱਕ ਸ਼ਾਮ ਗੁਜਰ ਮਾਜ ਦੀ ਗੱਲ ਸੁਣਾ 4 ਨੰਬਰ ਦੀ ਆਈ ਸਾਹਿਬ ਜਿਹੜੇ ਭਰਾ ਨੂੰ ਪਸੰਦ ਆ ਜਾਏ ਨਾ ਛੋਟੀ ਛੋਟੀ ਹੈ 5.5 ਦੀ ਠੀਕ ਹੈ ਲੇਕਿਨ ਅਸੀਂ ਵਿਆਹ ਦੇ 4,45,000 4,45,000 4,45 ਲਿਆ ਮਾਜ ਨੰਬਰ ਅੱਗੇ ਲਿਆ ਜੀ 5 ਮਾਜ ਨੰਬਰ 5 ਜੀ ਹੁੰਦਾ ਰਹੇ ਖਰਾਬ ਮਗਰ ਕੱਟੀ ਠੀਕ ਹੈ 4,55,000 ਬਹੁਤ ਸੁਣੀਆਂ ਚਲੋ ਬੁਰੀ ਬਹਾਵ ਪੂਰੀ ਭਾਵ ਦੀ ਮਾਜ ਬਾਜ ਜੇਰ ਕੋ ਨਹੀਂ ਪਈ ਹੈ ਘੰਟਾ ਕੋ ਹੋ ਗਿਆ ਸੂਈ ਨੂੰ ਅੱਜ ਤੱਕ ਘੰਟਾ ਡੇਢ ਹੋ ਗਿਆ ਹੁਣ ਬਸ ਬਹਿਣਾ ਤੁਸੀਂ ਕਰ ਸਕਦੇ
लेकिन मझ लई है अगे भी दो मझा खड़ी है माशाल्लाह पूरे दिन मेरा यही काम है सोदिया बह के ना हर एक मझ जो अगे आवे उदो ही लगे माशाल्लाह
चुंगनी दे जे अल्लाह पाक तुहाडे नसीब करे अल्लाह।